ਗੁਰਦਾਸਪੁਰ ਦੇ ਮੇਹਰ ਚੰਦ ਰੋਡ ਉੱਤੇ ਉਸ ਵੇਲੇ ਹੜਕੰਪ ਮੱਚ ਜਾਂਦਾ ਹੈ ਜਦੋਂ ਇੱਕ ਨਿੱਜੀ ਸਕੂਲ ਦੇ ਬਾਹਰ ਇੱਕ ਲਵਾਰਿਸ ਸੂਟਕੇਸ ਮਿਲਦਾ ਹੈ, ਜਿਸ ਤੋਂ ਬਾਅਦ ਸਮਾਜ ਸੇਵੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਉਂਦੀ ਹੈ ਅਤੇ ਡੌਗ ਸਵੈਟ ਟੀਮਾਂ ਅਤੇ ਬੰਬ ਰੋਧਕ ਦਸਤਾ ਲੈ ਕੇ PCR ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਅਤੇ ਲਵਾਰਿਸ ਬੈਗ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ। ਬੈਗ ਦੀ ਤਲਾਸ਼ੀ ਲਈ ਜਾਂਦੀ ਹੈ ਜਿਸ ਦੇ ਵਿੱਚ ਕੱਪੜੇ ਹੀ ਬਰਾਮਦ ਹੁੰਦੇ ਨੇ। ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਕਰਕੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ। ਤਾਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ DSP ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਹਰ ਚੰਗੇ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਅਗਰ ਕੋਈ ਵੀ ਅਜਿਹੀ ਸ਼ੱਕੀ ਵਸਤੂ ਉਸਨੂੰ ਨਜ਼ਰ ਆਵੇ ਤਾਂ ਤੁਰੰਤ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਕਿਸੇ ਅਣਹੋਣੀ ਨੂੰ ਟਾਲਿਆ ਜਾ ਸਕੇ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਕੋਈ ਅਜਿਹੀ ਲਵਾਰਿਸ ਚੀਜ਼ ਦੇਖਦੇ ਨੇ ਉਸ ਤੋਂ ਬਾਅਦ ਉਹ ਉਸ ਚੀਜ਼ ਨੂੰ ਛੇੜਨ ਨਾ ਹੀ ਉਸ ਬੈਗ ਨੂੰ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਖੋਲ੍ਹ ਕੇ ਦੇਖਣ, ਸਗੋਂ ਇਸ ਬਾਬਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ। ਮੌਕੇ ਉੱਤੇ ਮੌਜੂਦ ਸਮਾਜ ਸੇਵੀਆਂ ਅਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ। ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸੀ, ਸਾਡਾ NGO ਕਾਰਜਕ੍ਰਮ ਕਰਕੇ ਆ ਰਹੀ ਸੀ। ਇਸ ਤੋਂ ਬਾਅਦ ਅਸੀਂ ਆਪਣੇ ਘਰਾਂ 'ਚ ਵਾਪਸ ਜਾ ਰਹੇ ਸੀ ਅਤੇ ਵਿਸ਼ਾਲ ਜੀ ਸਾਡੇ ਕਲੱਬ ਦੇ ਮੈਂਬਰ ਨੇ, ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ, ਗੌਰਵ ਜੀ ਦਿੱਤੀ, ਗੌਰਵ ਜੀ ਨੇ ਮੰਨ ਦਿੱਤੀ, ਆਪਾਂ ਨਵੀਨ ਜੀ ਨੂੰ ਦਿੱਤੀ। ਇਸ ਤੋਂ ਬਾਅਦ ਅਸੀਂ SSP ਗੁਰਦਾਸਪੁਰ PCR ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦਿੱਤੀ ਇੱਥੇ ਬੈਗ ਪਿਆ ਖਾਲੀ, ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ, 1.5 ਘੰਟਾ ਹੋ ਗਿਆ ਸੀ ਬੈਗ ਨੂੰ ਪਏ ਨੂੰ, ਇਹਦਾ ਕੋਈ ਵੀ ਵਾਲੀ ਵਾਰਸ ਨਹੀਂ ਹੈਗਾ ਬੈਗ ਦਾ, ਇਸ ਕਰਕੇ ਇਨਫੋਰਮ ਅਸੀਂ ਪੁਲਿਸ ਨੂੰ ਕਰ ਦਿੱਤਾ ਹੋਇਆ। ਹਾਂ, ਪੁਲਿਸ ਅਧਿਕਾਰੀ ਆਏ ਆ ਜੀ, ਕਰਦੇ ਪਏ, ਚੈੱਕ ਕਰਦੇ ਪਏ, ਪਿੱਛੇ ਕੈਮਰੇ ਵੀ ਲੱਗੇ ਆ। ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨੀ ਨਾ ਫੈਲੇ, ਬਸ ਉਹ 1.5 ਘੰਟਾ ਇੱਕ ਬੈਗ ਪਿਆ ਸੜਕ 'ਤੇ, ਰੋਡ 'ਤੇ, ਕਾਫੀ ਵੱਡਾ ਬੈਗ ਆ, ਤੁਸੀਂ ਦੇਖ ਹੀ ਸਕਦੇ ਹੋ ਤੁਸੀਂ। ਹਾਂ, ਕੁਛ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਛ ਵੀ। ਹਾਂਜੀ ਸਰ, ਦੱਸ ਦਿਓ ਜੀ, ਜੋ ਮੇਰ ਚੰਦ ਰੋਡ 'ਤੇ ਜੋ ਬੈਗ ਮਿਲਿਆ ਵਾ ਉਹਦੇ ਬਾਰੇ ਦੱਸ ਦਿਓ। ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਵੀ ਕਿ ਇੱਕ ਲਵਾਰਿਸ ਬੈਗ ਜਿਹੜਾ ਹੈਗਾ 20th School ਮੇਰ ਚੰਦ ਰੋਡ 'ਤੇ ਜਿਹੜਾ ਪਿਆ ਆ ਸ਼ੱਕੀ ਹਾਲਤ 'ਚ, ਅਤੇ ਉਹ ਦਿੱਤੀ ਹੈ ਇਨਫੋਰਮੇਸ਼ਨ, ਜਿਸ 'ਤੇ ਅਸੀਂ ਸਾਡੇ SHO ਸਾਹਿਬ ਅਤੇ ਪੁਲਿਸ ਪਾਰਟੀ ਸੀ PCR ਜਿਹੜਾ ਸਾਰੇ ਮੌਕੇ 'ਤੇ ਗਏ, ਨਾਲ ਅਸੀਂ ਜਿਹੜੀ ਬੰਬ ਸਕੋਡ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ। ਅਤੇ ਜਦੋਂ ਉਹਦੀ ਤਲਾਸ਼ੀ ਕਰਨ 'ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਛ ਕੱਪੜੇ ਵਗੈਰਾ ਲੇਡੀਜ਼ ਦੇ ਮਿਲੇ ਨੇ, ਇਸ ਕਰਕੇ ਕੋਈ ਜਿਹੜੀ ਉਹ ਇਨਫੋਰਮੇਸ਼ਨ ਸੀ ਜਿਸ ਤਰੀਕੇ ਦੀ, ਉਹਦੇ ਕੋਈ ਇੱਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ। ਅਸੀਂ ਮੈਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ, ਜੇਕਰ ਕੋਈ ਇੱਦਾਂ ਦੀ ਚੀਜ਼ ਕਿਤੇ ਮਿਲੇ ਤਾਂ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ। ਥੈਂਕ ਯੂ। 26 ਜਨਵਰੀ ਆ ਰਹੀ ਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ, ਕੀ ਤਿਆਰੀ ਕੀਤੀ ਉਸ ਬਾਰੇ? ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ, ਸਾਡੇ ਮਾਣਯੋਗ ਸ਼੍ਰੀ ਹਰੀਸ਼ ਦਿਆਮਾ ਜੀ IPS SSP ਗੁਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ, ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਲਈ ਸਾਨੂੰ ਜਿਹੜੀ ਹਦਾਇਤ ਕੀਤੀ ਹੈ, ਔਰ ਸਾਡਾ PCR ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਆ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਹੈਗੀ ਆ। ਅਸੀਂ ਪੂਰੀ ਪ੍ਰੋਮਿਸ ਕਰਦੇ ਹਾਂ ਲੋਕਾਂ ਨਾਲ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮਧਾਮ ਨਾਲ ਔਰ ਬੜੇ ਅੱਛੇ ਤਰੀਕੇ ਦੇ ਨਾਲ, ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ। ਥੈਂਕ ਯੂ।